ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਜੀ ਨੂੰ 31ਵੀਂ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਪਹਿਲੀ ਪਾਤਸ਼ਾਹੀ ਗਊ ਘਾਟ ਲੁਧਿਆਣਾ ਵਿਖੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚੀਮਾ ਪਹੁੰਚੇ। ਉਹਨਾਂ ਦੱਸਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਹਨ ਸਿੰਘ ਵਾਲਾ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਉਹਨਾਂ ਦੇ ਸਾਥੀਆਂ ਦੀ ਰਿਹਾਈ ਲਈ 5 ਤਖ਼ਤ ਸਾਹਿਬਾਨਾਂ ਤੇ ਅਖੰਡ ਪਾਠ ਕਰਵਾਏ ਜਾ ਰਹੇ ਸੀ। ਉਹਨਾਂ ਦਾ ਅੰਤਿਮ ਪੜਾਅ ਸ੍ਰੀ ਹਜ਼ੂਰ ਸਾਹਿਬ ਵਿਖੇ ਭੋਗ ਪਾਇਆ ਜਾਣਾ ਸੀ, ਜਿਸ ਕਰਕੇ ਪਾਰਟੀ ਪ੍ਰਧਾਨ ਅਰਦਾਸ ਵਿੱਚ ਸ਼ਾਮਲ ਹੋਣ ਦੇ ਲਈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚੇ ਹੋਏ ਨੇ। ਉਹਨਾਂ ਦੇ ਹੁਕਮਾਂ ਸਦਕਾ ਪਾਰਟੀ ਵੱਲੋਂ ਉਲੀਕੇ ਪ੍ਰੋਗਰਾਮ ਸਿੰਘ ਸਾਹਿਬ ਭਾਈ ਗੁਰਦੀਪ ਸਿੰਘ ਕੌਂਕੇ ਅਤੇ ਹੋਰ ਸ਼ਹੀਦ ਸਿੰਘਾਂ ਦੀ ਅਰਦਾਸ ਵਿੱਚ ਸ਼ਾਮਲ ਨਹੀਂ ਹੋ ਸਕੇ। ਪਾਰਟੀ ਵੱਲੋਂ ਉਹਨਾਂ ਦੇ ਹੁਕਮ ਸਦਕਾ ਸਿੰਘ ਸਾਹਿਬ ਜੀ ਦੀ ਬਰਸੀ ਦੀ ਅਰਦਾਸ ਕੀਤੀ ਗਈ ਹੈ। ਉੱਥੇ ਹੀ ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਵੀ ਅਰਦਾਸ ਹੈ ਜਿਹੜੀ ਕੀਤੀ ਗਈ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕੱਬੂ ਨਾ ਛੱਡੇ ਖੇਤ। ਗੁਰਬਾਣੀ ਦਾ ਫਰਮਾਨ ਹੈ ਪਿਛਲੇ ਸਮੇਂ ਦੌਰਾਨ 1984 ਵਿੱਚ ਭਾਰਤੀ ਹਕੂਮਤ ਅਤੇ 3 ਮੁਲਕਾਂ ਦੀ ਫੌਜਾਂ ਵੱਲੋਂ ਸ੍ਰੀ ਅਕਾਲ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ, ਟੈਂਕਾਂ, ਤੋਪਾਂ, ਜਹਾਜ਼ਾਂ, ਬਖਤਰਬੰਦ ਗੱਡੀਆਂ ਨਾਲ, ਜਿੱਥੇ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ, ਉੱਥੇ ਪੰਜਾਬ ਦੇ 36 ਹੋਰ ਗੁਰਦੁਆਰਿਆਂ ਵਿੱਚ ਪੁਲਿਸ ਨੇ ਗਾਰਦਾਂ ਚਾੜ ਕੇ ਬੇਅਦਬੀ ਕੀਤੀ ਗਈ। ਹਜ਼ਾਰਾਂ ਸ਼ਰਧਾਲੂ, ਨੇਕਾਂ ਜੁਝਾਰੂ ਸ਼ਹੀਦ ਕਰ ਦਿੱਤੇ ਗਏ। ਪੀਲ ਦਲੀਰ ਨਾਂ ਦੀ ਕੋਈ ਚੀਜ਼ ਨਾ ਰਹੀ। ਉਸ ਮੌਕੇ ਮਾਵਾਂ ਪੁੱਤ ਨਹੀਂ ਸੀ ਪਛਾਣਦੀਆਂ, ਉਸ ਮੌਕੇ ਕਿਸੇ ਦੀ ਕੋਈ ਸੁਣਵਾਈ ਨਹੀਂ ਸੀ ਹੁੰਦੀ। ਉਸ ਮੌਕੇ ਮੈਂ ਸਮਝਦਾ ਜਿਹਦਾ ਪੁੱਤ ਚੁੱਕ ਲੈਣਾ, ਮਾਪਿਆਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਸ਼ਾਮ ਨੂੰ ਸਾਡੇ ਪੁੱਤ ਨੇ ਘਰ ਪਰਤਣਾ ਕਿ ਨਹੀਂ ਪਰਤਣਾ। ਇਸੇ ਕੜੀ ਦੇ ਤਹਿਤ 1992 ਦੇ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ, ਜੋ ਰੱਬੀ ਰੂਹ ਰੱਬ ਦੇ ਨਾਮ ਦੇ ਵਿੱਚ ਰੱਤੀ, ਉਹ ਮਹਾਨ ਰੂਹ ਜਿਹਨੂੰ CA ਸਟਾਫ ਜਗਰਾਉਣ ਵਾਲਿਆਂ ਨੇ ਫੜਿਆ, ਜਿਹਦਾ ਚਸ਼ਮਦੀਨ ਗਵਾਹ ਮੌਕੇ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਕੌਮੀ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਨ੍ਹਾਂ ਨੂੰ ਭਲਵਾਨ ਦੇ ਪੈਟਰੋਲ ਪੰਪ ਤੋਂ ਫੜ ਕੇ ਉਹਨਾਂ ਨੂੰ ਵੀ ਉੱਥੇ ਬੰਦ ਕੀਤਾ ਗਿਆ, ਉਹਨਾਂ ਦਾ ਅੱਖੀ ਡਿੱਠਾ ਜਿਹੜਾ ਹਾਲ ਹੈ ਕਿ 1992 ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਸਿੰਘ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ, ਉਹਨਾਂ ਦੀਆਂ ਦੋਵੇਂ ਬਾਹਾਂ ਤੋੜ ਦਿੱਤੀਆਂ ਗਈਆਂ, ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ। ਉਸ ਤੋਂ ਬਾਅਦ ਭਾਰੀ ਤਸੀਹੇ ਦੇ ਕੇ, ਭਾਰੀ ਤਸੱਦਤ ਕਰਕੇ, ਉਹਨਾਂ ਦੇ ਟੁਕੜੇ ਕਰਕੇ ਦਰਿਆ ਰਾਵੀ ਦੇ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਗਿਆ। ਅਤੇ ਡਰਾਮਾ ਇਹ ਰਚਿਆ ਗਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਉਹ ਭਗੌੜੇ ਹੋ ਚੁੱਕੇ ਹਨ। ਤੁਸੀਂ ਮੈਨੂੰ ਇਹ ਦੱਸੋ, ਜਿਹਦੀਆਂ ਲੱਤਾਂ ਟੁੱਟੀਆਂ ਹੋਣ, ਬਾਹਾਂ ਤੋੜ ਦਿੱਤੀਆਂ ਹੋਣ, ਉਹਦਾ ਸਰੀਰ ਜਮੂਰਾ ਨਾਲ ਖਿੱਚ ਲਿਆ ਗਿਆ ਹੋਵੇ, ਅਤੇ ਉਹ ਯਾਰੋ ਉਹ ਕਿਵੇਂ ਭੱਜ ਸਕਦਾ? ਭਾਈ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਦੀ ਅੱਜ 31ਵੀਂ ਬਰਸੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ, ਅੱਜ ਉਹਨਾਂ ਦੀ ਜਿਹੜੀ ਅਰਦਾਸ ਬਰਸੀ 'ਤੇ ਗੁਰਦੁਆਰਾ ਗਊ ਘਾਟ, ਜਿਹੜਾ ਪਹਿਲੀ ਪਾਤਸ਼ਾਹੀ ਚਰਨ ਛੋਹ ਪ੍ਰਾਪਤ, ਉੱਥੇ ਅੱਜ ਕੀਤੀ ਗਈ ਹੈ ਕਿ ਸਤਿਗੁਰੂ ਭਾਈ ਗੁਰਦੇਵ ਸਿੰਘ ਕੌਂਕੇ
ਜਿਹੜੇ ਜੁਝਾਰੂ ਸੂਰਮੇ ਸੀ, ਸੰਤਾਂ ਦੀ ਸੋਚ 'ਤੇ ਚੱਲਣ ਵਾਲੇ ਸੀ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ, ਪਿੱਛੇ ਪਰਿਵਾਰ ਨੂੰ, ਪੰਥ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ। ਪਰ ਇੱਕ ਗੱਲ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ, ਉਸ ਮੌਕੇ ਜਿਹੜਿਆਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ, ਉਹਨਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ, ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਕਿਤੇ ਨਸ਼ਿਆਂ 'ਚ ਨੌਜਵਾਨ ਪੰਜਾਬ ਦਾ ਡੁੱਬਿਆ ਪਿਆ, ਕੋਈ ਅਪੀਲ ਦਲੀਲ ਨਾਂ ਦੀ ਚੀਜ਼ ਨਹੀਂ। ਅੱਜ ਅਸੀਂ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਉੱਥੇ ਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਆਪਣੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਕੌਮ ਨੂੰ ਆਪਣਾ ਨਿੱਜੀ ਜਿਹੜਾ ਉਹਦਾ ਘਰ ਹੈ ਉਹ ਬਖਸ਼ੇ। ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ।